मेरा नाम गगनदीप कौर है। गगन बेटा दसो अपने बारे, दसो किस तरह पढ़ाई तुसी करते रहे? मैं पहला अपने टीचर्स तो पढ़ती सी स्कूल विच, फिर शामी जाके रेस्ट करती सी स्कूल, फिर रात नू शाम नू पढ़ती सी ते सुबह पढ़ती सी। ते घर दे विच किस तरह माहौल रहा, किस परिवार? घर दे मैनू कदे भी इन्हां ने फोर्स नहीं किया सी स्टडी वास्ते भी तू इन्ना है ना भी पढ़ना ही पढ़ना जा तू है ना पढ़ी चलिया कर है ना, उन्होंने मैनू कोई कदे फोर्स नहीं किया सी, मैं आपदी मर्जी नाल पढ़ती सी। पिता जी की काम करते हैं? मेरे पिता जी खेतीबाड़ी करते। किस तरह का सुपना की अपना? मैं मेरा सुपना भी फॉरन जाके पहला बैंकिंग दे रिलेटेड स्टडी करनी है ते फिर अपनी देश में आके कोई जॉब करनी है। ते इस पोजीशन दे हासिल करने कितना समय देंगे? मैं अपने पेरेंट्स दा ते अपने टीचर स्कूल दा प्रिंसिपल दा राजू सर थापर दा सोनी थापर सर दा सपोर्ट मेरी सीगी कैरम बोर्ड ते असी ओदे विच भी स्टेट लेवल च गोल्ड मेडलिस्ट रहे हैं। की नाम तुहाडा जी? नवजोत। नवजोत बेटा अपने बारे दसो, किन्ने नंबर आए सी, किस तरह पढ़ाई कीती? मेरा नाम नवजोत आ, मैं वड्डा घर पिंड तो बिलोंग करती हाँ। तो किस तरह पढ़ाई दे विच किस तरह पढ़ाई कीती तुसीं? बस बहुत मेहनत की पढ़ाई, बस उनका मेहनत का फल मिल गया हूँ मैं। किन्ने जो किन्ने नंबर आए? 655 जो 648। किसका सिरा जाता है? टीचर स्टाफ नू, पेरेंट्स नू, स्कूल नू। की बनना चाहते हो? मैं इंजीनियर का कोर्स करना, बाद चो फॉरेन च पढ़ाई करके अपने देश लिए कुछ करना चाहती हूँ। माता पिता का सहयोग रहा? हाँ जी बहुत। पिता की करते हैं? फार्मर। की महसूस करते? बहुत खुशी हो रही है। की नाम सर तुम्हारा? मेरा नाम गुरसेवक सिंह है जी। ਗੁਰਸੇਵਕ ਸਿੰਘ ਜੀ, ਕਿਸ ਤਰ੍ਹਾਂ ਮਾਣ ਮਹਿਸੂਸ ਕਰਦੇ ਹੋ ਜੀ ਬੇਟੀ ਦੇ ਸਾਹਮਣੇ? ਬਹੁਤ ਮਾਣ ਮਹਿਸੂਸ ਹੋ ਰਿਹਾ ਜੀ, ਸਾਡੀ ਬੱਚੀ ਨੇ ਜੀ ਸਾਡਾ ਨਾਂ ਰੋਸ਼ਨ ਕੀਤਾ ਜੀ, ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਕਿਸ ਤਰ੍ਹਾਂ ਪੜ੍ਹਾਈ ਲਿਖਾਈ ਕਿਸ ਤਰ੍ਹਾਂ? ਬਹੁਤ ਵਧੀਆ ਪੜ੍ਹਾਈ ਪ੍ਰੋਪਰ ਜੀ, ਸੁਬਾਹ ਸ਼ਾਮ ਇਹਦੀ ਪੜ੍ਹਾਈ 'ਚ ਇੰਨੀ ਦਿਲਚਸਪੀ ਹੈ ਅਤੇ ਜਾਣੀ ਕੰਮ ਦਾ ਕੰਮ ਕਾਰ ਘਰ ਦਾ ਵੀ ਅਤੇ ਜ਼ਿਆਦਾ ਤੱਕ ਅਸੀਂ ਇਹਨੂੰ ਕੰਮ ਕਾਰ ਘਰ ਦੇ ਲੈ, ਪੜ੍ਹਾਈ 'ਚ ਜਾਣੀ ਜ਼ਿਆਦਾ ਇੰਟਰਸਟ ਲੈ ਰਹੀ ਹੈ ਜੀ। ਕੀ ਸੁਪਨਾ ਵੇਖਿਆ ਸੀ? ਸੁਪਨਾ ਜੀ ਬਸ ਇੱਥੋਂ ਸਟੱਡੀ ਕਰਕੇ ਬਾਹਰੋਂ ਆਪਦਾ ਕਰਕੇ ਇੱਧਰ ਕੋਈ ਆਪਦਾ ਜੋਬ ਕਰਨਾ ਚਾਹ ਰਹੀ ਹੈ ਜੀ। ਅਤੇ ਸਾਨੂੰ ਪਤਾ ਲੱਗਿਆ ਤੁਸੀਂ ਕਿਸਾਨੀ ਕਰਦੇ ਹੋ ਅਤੇ ਪੜ੍ਹਾਈ ਦੇ ਵਿੱਚ ਕੋਈ ਮਤਲਬ ਕਿ ਤੁਹਾਡਾ ਸਾਥ ਦੇ ਰਹੀ ਹੈ, ਸਹਿਯੋਗ ਦੇ ਰਹੇ? ਹਾਂਜੀ ਅਸੀਂ ਪੂਰਾ ਸਾਥ ਦੇ ਰਹੇ ਹਾਂ ਬੱਚਿਆਂ ਨੂੰ, ਖੇਤੀ ਦੇ ਨਾਲ ਨਾਲ ਬੱਚਿਆਂ ਨੂੰ ਪੂਰਾ ਸਪੋਰਟ ਕਰ ਰਹੇ ਹਾਂ ਜੀ ਪੜ੍ਹਾਈ ਬਾਰੇ ਜੀ। ਅਤੇ ਉਦੋਂ ਜ਼ਿਆਦਾ ਸਟਾਫ ਦਾ ਧੰਨਵਾਦ ਕਰਦੇ ਹਾਂ ਜੀ ਅਤੇ ਜਿਨ੍ਹਾਂ ਨੇ ਵੀ ਇੱਥੋਂ ਸਟਾਫ ਨੇ ਵਧੀਆ ਸਿੱਖਿਆ ਦੇ ਕੇ ਅਤੇ ਇਸ ਮੁਕਾਮ ਤੱਕ ਪਹੁੰਚਾਇਆ। ਕਿੰਨੇ ਬੱਚੇ? ਸਾਡੇ ਦੋ, ਇੱਕ ਬੇਟਾ ਜੀ ਇੱਕ ਬੇਟੀ ਹੈ, ਦੋ ਬੱਚੇ ਜੀ। ਕੀ ਬਣਨਾ ਦੇਖਣਾ ਚਾਹੁੰਦੇ ਹੋ? ਬਸ ਜੀ ਮਹਾਰਾਜ ਦੀ ਕਿਰਪਾ ਨਾਲ ਆਪਦਾ ਨਾਂ ਰੋਸ਼ਨ ਸਾਡਾ ਕਰਨ ਜੀ ਅਤੇ ਸਾਰੇ ਪੰਜਾਬ ਦਾ ਨਾਂ ਰੋਸ਼ਨ ਕਰਨ ਆਪਦੇ। ਮੇਰਾ ਨਾਮ ਵਿਜੇ ਕੁਮਾਰ ਹੈ ਜੀ। ਸਰ ਬੱਚੀ ਬਾਰੇ ਦੱਸੋ, ਕਿਸ ਤਰ੍ਹਾਂ ਪੜ੍ਹਾਈ ਦਾ? ਬੱਚੀ ਬਹੁਤ ਵਧੀਆ ਪੜ੍ਹਨ 'ਚ ਜੀ, ਬਹੁਤ ਵਧੀਆ ਪੜ੍ਹਦੇ ਆ, ਸਕੂਲ ਸਟਾਫ ਵੀ ਯਾਨੀ ਕਿ ਬਹੁਤ ਵਧੀਆ ਪੜ੍ਹਾਉਂਦੇ ਇਹਨਾਂ ਦਾ, ਬਹੁਤ ਵਧੀਆ। ਸੋਚਿਆ ਸੀ ਬੱਚਾ? ਹਾਂ ਜੀ, ਮੈਨੂੰ ਤਾਂ ਪਹਿਲਾਂ ਹੀ ਇਹਦੇ 'ਤੇ ਉਮੀਦ ਸੀਗੀ ਵੀ ਲੈ ਵੀ ਇਹ ਪੁਜੀਸ਼ਨ ਲਊਗੀ, ਕਿਉਂਕਿ ਇਹਨੇ ਸੁਬਹਾ ਤੋਂ ਲੱਗ ਜਾਣਾ ਰਾਤ ਤੱਕ ਪੜ੍ਹੀ ਜਾਂਦੀ, ਬਸ ਜਦੋਂ ਇਹਨਾਂ ਨੇ ਮੈਂ ਪੜ੍ਹਨਾ ਬਸ ਮੈਂ ਪੜ੍ਹਨਾ ਹੀ ਨਹੀਂ ਕਰੀ ਜਾਂਦੀ। ਤੁਸੀਂ ਕੀ ਬਣਨਾ ਚਾਹੁੰਦੇ ਦੇਖ? ਬਸ ਇਹ ਬੱਚੇ ਦੀ ਜਿਵੇਂ ਹੋਊਗਾ ਪੜ੍ਹਨਗੇ ਉਵੇਂ ਆਪਾਂ ਨੂੰ ਬਾਹਰ ਜਾਣ ਦੇ ਕੇ ਕਹਿ ਰਹੇ ਆ ਵੀ ਬਾਹਰ ਜਾਣਾ, ਆਈਲੈਟਸ ਕਰਨੀ ਹੈ, ਬਾਹਰ ਜਾਣਾ, ਬਾਹਰ ਪੜ੍ਹਾਈ ਕਰਕੇ ਬਾਅਦ ਦੇ ਵਿੱਚ ਉੱਥੇ ਇੱਕ ਬਾਅਦ ਪੜ੍ਹ ਲਿਖ ਕੇ ਬਾਅਦ ਬਿਜ਼ਨਸ ਕਰਾਂਗੇ, ਬਹੁਤ ਅੱਛਾ ਕੰਮ ਕਰਨਾ।